ਇਹ ਸਾਡਾ ਸਿਵਿਆ ਮੈਡੀਕਲ ਸੈਂਟਰ ਦਾ ਏਸ਼ੀਟੀ ਰੂਮ ਹੈਗਾ ਜਿੱਥੇ ਅਸੀਂ ਹਾਰਟ ਦੇ ਪੇਸ਼ੈਂਟ ਦਾ ਇਲਾਜ ਕਰਦੇ ਹੈਗੇ ਆਰਟੀਕੂਲਰ ਥੈਰੇਪੀ ਜਿਹਦੇ ਵਿੱਚ ਕਲੇਸ਼ਨ ਥੈਰੇਪੀ ਦਾ ਲਾਈਫ ਸਟਾਈਲ ਮੈਨੇਜਮੈਂਟ ਹੈਗਾ ਪਲੱਸ ਓਜ਼ੋਨ ਦੇ ਨਾਲ ਇਹਦੇ ਇਲਾਵਾ ਦੂਜੀ ਜਗ੍ਹਾ ਤੇ ਅਸੀਂ ਐਕਸਟਰਨਲ ਕਾਊਂਟਰ ਪਲਸੇਸ਼ਨ ਇਲਾਜ ਵੀ ਕਰ ਰਹੇ ਹੈਗੇ ਜਿਹਨੂੰ ਨੈਚੁਰਲ ਬਾਈਪਾਸ ਕਿਹਾ ਜਾਂਦਾ ਹੈਗਾ ਇਹ ਨਾਨ ਸਰਜੀਕਲ ਬਿਨਾਂ ਆਪਰੇਸ਼ਨ ਦੇ ਹਾਰਟ ਟ੍ਰੀਟਮੈਂਟਸ ਹੈਗੇ ਇਸ ਟਾਈਮ ਸਾਡੇ ਕੋਲ ਹੈਗੇ ਮਿਸਟਰ ਮਹਿੰਦਰ ਕਪੂਰ ਇਹ ਸੁਨਾਮ ਤੋਂ ਆਏ ਹੋਏ ਹੈਗੇ ਪਟਿਆਲੇ ਦੇ ਵਿੱਚ ਤੇ ਸਾਡੇ ਕੋਲ 1998 ਜੁਲਾਈ ਦੇ ਪਹਿਲੀ ਵਾਰ ਆਏ ਸੀਗੇ ਪਤਾ ਇਹ ਹੈਗਾ ਕਿ 20 ਸਾਲ ਤੋਂ ਇਹ ਸਾਡੇ ਨਾਲ ਜੁੜੇ ਹੋਏ ਹੈਗੇ 20 ਸਾਲ ਪਹਿਲੇ ਇਹਨਾਂ ਦੀ TMT ਸਟਰੋਂਗਲੀ ਪੋਜ਼ਿਟਿਵ ਸੀਗੀ ਬਲੱਡ ਪ੍ਰੈਸ਼ਰ ਸੀ ਸ਼ੂਗਰ ਸੀ ਤੇ ਹਾਰਟ ਦੀ ਬਿਮਾਰੀ ਸੀ ਇਹਨੂੰ ਸਾਰੇ ਕਹਿੰਦੇ ਸੀਗੇ ਕਿ ਬਾਈਪਾਸ ਬਣਾ ਲਓ ਜਾਂ ਸਟੈਂਟ ਪਵਾ ਲਓ ਲੇਕਿਨ ਇਹਨਾਂ ਨੇ ਪ੍ਰੀਫਰ ਕੀਤਾ ਕਿ ਬਿਨਾਂ ਸਰਜਰੀ ਨਾਨ ਇਨਵੇਜ਼ਿਵ ਟ੍ਰੀਟਮੈਂਟ ਕਰਾਉਣ ਤੇ ਸਾਡੇ ਕੋਲ ਆਏ ਤੇ ਅਸੀਂ ਟ੍ਰੀਟਮੈਂਟ ਸ਼ੁਰੂ ਕੀਤਾ ਆਰਟੀਕੂਲਰ ਥੈਰੇਪੀ ਦਾ ਆਰਟੀਕੂਲਰ ਥੈਰੇਪੀ ਦੇ ਵਿੱਚ ਕਲੇਸ਼ਨ ਥੈਰੇਪੀ ਹੈਗੀ ਤੇ ਲਾਈਫ ਸਟਾਈਲ ਮੈਨੇਜਮੈਂਟ ਆ ਇਹਦੇ ਵਿੱਚ ਅਸੀਂ ਗਲੂਕੋਜ਼ ਪਾ ਕੇ ਜੇ ਡਾਇਬਟਿਕ ਪੇਸ਼ੈਂਟ ਆ ਤਾਂ ਸ਼ੂਗਰ ਫ੍ਰੀ ਡ੍ਰਿਪ ਹੁੰਦੀ ਹੈਗੀ ਤੇ ਉਹਦਾ ਡ੍ਰਿਪ ਦਿੰਦੇ ਹੈਗੇ ਹਫ਼ਤੇ 2 ਜਾਂ 3 ਵਾਰੀ ਤੇ ਆਮ ਤੌਰ ਤੇ 20 ਤੋਂ 30 ਡ੍ਰਿਪਸ ਦੀ ਲੋੜ ਪੈਂਦੀ ਹੈਗੀ ਤੇ ਪੇਸ਼ੈਂਟ ਪਹਿਲੇ ਨਾਲੋਂ ਬੈਟਰ ਫੀਲ ਕਰਦੇ ਹੈਗੇ ਪੇਸ਼ੈਂਟ ਪਹਿਲੇ ਨਾਲੋਂ ਜ਼ਿਆਦਾ ਚੱਲ ਸਕਦੇ ਆ ਤੇਜ਼ ਚੱਲ ਸਕਦੇ ਹੈਗੇ ਘੱਟ ਤਕਲੀਫ ਹੁੰਦੀ ਹੈ ਘੱਟ ਦਵਾਈਆਂ ਦੀ ਲੋੜ ਪੈਂਦੀ ਹੈਗੀ ਤੇ ਜਦੋਂ ਆਪਾਂ ਟੈਸਟ ਕਰਦੇ ਹੈਗੇ ਕਾਰਡੀਓਵੈਸਕੁਲਰ ਕਾਰਟੋਗ੍ਰਾਫੀ ਜਾਂ ਸਟ੍ਰੈਸ ਥੀਲੀਅਮ ਜਾਂ TMT ਉਹਦੇ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਹੈਗਾ ਕਿ ਪੇਸ਼ੈਂਟ ਪਹਿਲੇ ਨਾਲੋਂ ਕਿੰਨਾ ਇੰਪਰੂਵ ਕੀਤਾ ਹੈਗਾ ਤੇ ਸਾਨੂੰ ਬੜੀ ਖੁਸ਼ੀ ਹੈਗੀ ਕਿ ਮਹਿੰਦਰ ਜੀ 20 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਹੈਗੇ ਤੇ ਬਹੁਤ ਸਾਰੇ ਜਿਵੇਂ ਦੱਸ ਰਹੇ ਸੀਗੇ ਪੇਸ਼ੈਂਟਸ ਹੈਗੇ ਜਿਨ੍ਹਾਂ ਨੂੰ ਕਿ ਇਹਨਾਂ ਦੇ ਨਾਲ ਹੀ ਉਸ 20 ਸਾਲ ਪਹਿਲੇ ਪ੍ਰੋਬਲਮ ਆਈ ਸੀਗੀ ਤੇ ਬਹੁਤ ਸਾਰੇ ਨੇ ਬਾਈਪਾਸ ਵਗੈਰਾ ਕਰਾਇਆ ਤੇ ਹੁਣ ਉਹਨਾਂ ਦਾ ਦੁਬਾਰੇ ਬਾਈਪਾਸ ਕਰਾਉਣ ਦਾ ਟਾਈਮ ਆ ਚੁੱਕਿਆ ਹੈਗਾ ਤੇ ਮਹਿੰਦਰ ਜੀ ਅਜੇ ਬਹੁਤ ਠੀਕ ਹੈਗੇ ਇਸ ਟਾਈਮ ਤੇ ਬਹੁਤ ਚੰਗੀ ਪ੍ਰੋਗਰੈਸ ਹੈਗੀ ਮਹਿੰਦਰ ਜੀ ਥੈਂਕ ਯੂ ਵੈਰੀ ਮਚ ਤੁਹਾਨੂੰ ਦੇਖ ਕੇ ਸਾਨੂੰ ਬੜੀ ਖੁਸ਼ੀ ਹੋਈ ਥੈਂਕ ਯੂ ਸਰ ਬਹੁਤ ਬਹੁਤ ਥੈਂਕ ਯੂ ਮੇਰਾ ਨਾਮ ਜੀ ਮਹਿੰਦਰ ਕਪੂਰ ਸਾਨੂੰ ਸ਼੍ਰੀ ਰਾਮ ਪ੍ਰਸ਼ਾਦ ਕਪੂਰ ਮੈਂ ਪਟਿਆਲੇ ਨੂੰ ਬਿਲੋਂਗ ਕਰਦਾ ਜੀ ਅੱਜ ਕੱਲ੍ਹ ਰਹਿੰਦਾ ਮੈਂ ਸੁਨਾਮ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਹਾਂ ਅਤੇ ਬਾਕੀ ਮੈਂ 2 ਫਰਵਰੀ 2000 ਦੇ ਵਿੱਚੋਂ ਰੈਵਨਿਊ ਸੋਲਡੈਂਟ ਰਿਟਾਇਰਡ ਫਰੋਮ PSCB ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ 'ਚੋਂ ਜਿਹੜੀ ਕਿ ਫਰੋਮ PSPCL ਹੋ ਗਈ ਹੈ ਤੋਂ ਰਿਟਾਇਰ ਹੋਇਆ ਹੋਇਆ ਮੈਂ ਜੀ ਇੱਥੇ ਸ਼ੁਰੂ ਦੇ ਵਿੱਚ 98 ਵਿੱਚ ਆਇਆ ਸੀਗਾ ਅਤੇ ਤੁਸੀਂ ਮੈਨੂੰ ਕਿਹਾ ਸੀਗਾ ਕਿ ਤੁਸੀਂ ਕੋਈ ਵਰਮਾ ਸੀਗੇ ਉਸ ਟਾਈਮ ਮੈਨੇਜਰ ਫਰੋਮ PNB ਉਹਨਾਂ ਨੂੰ ਕੰਸਲਟ ਕਰ ਲਓ ਮੇਰੇ ਪੇਸ਼ੈਂਟ 'ਚ ਉਹਨਾਂ ਤੋਂ ਮੈਂ ਸ਼ੁਰੂ ਕੀਤਾ ਕੰਮ ਇਹ ਮੈਂ ਫਿਰ ਉਹਨਾਂ ਨੂੰ ਫੋਨ ਨੰਬਰ ਤੁਸੀਂ ਲੈ ਕੇ ਤੁਹਾਡੇ ਤੋਂ ਉਹਨਾਂ ਨਾਲ ਕੰਸਲਟ ਕੀਤਾ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਬਈ ਮੇਰੀ ਹਾਲਤ ਪੋਜੀਸ਼ਨ ਇਹ ਸੀਗੀ ਕਿ ਮੈਂ ਜੇ 2 ਘੰਟੇ ਕੰਮ ਕਰਦਾ ਸੀ ਤਾਂ 4-5 ਘੰਟੇ ਮੈਨੂੰ ਆਰਾਮ ਕਰਨਾ ਪੈਂਦਾ ਸੀਗਾ ਉਹਨਾਂ ਨੇ ਲਵਾਉਣ ਤੋਂ ਬਾਅਦ ਉਹਨਾਂ ਨੂੰ ਕਹਿੰਦੇ ਮੇਰਾ ਪੋਜੀਸ਼ਨ ਜਿਹੜੀ ਰਿਵਰਸ ਹੋ ਗਈ ਮਤਲਬ ਕਿ ਮੈਂ ਜ਼ਿਆਦਾ ਕੰਮ ਕਰਦਾ ਰੈਸ ਬਹੁਤ ਘੱਟ ਕਰਦਾ ਉਹਨਾਂ ਨੂੰ ਦੇਖ ਕੇ ਮੈਨੂੰ ਸ਼ੌਕ ਜਾਗ ਗਿਆ ਕਿ ਮੈਂ ਕਿਉਂ ਨਾ ਮੈਂ ਵੀ ਇਹ ਕੰਮ ਕਰਕੇ ਦੇਖਾਂ ਫਿਰ ਮੈਂ ਇੱਥੇ ਰਿਹਾ ਸੀਗਾ 2-3 ਦਿਨ ਉਸ ਤੋਂ ਮਗਰੋਂ ਮੈਂ 2-3 ਦਿਨਾਂ ਮਗਰੋਂ ਇਹ ਕੰਸਲਟ ਕਰਨਾ ਤੁਹਾਡੇ ਨਾਲ ਸ਼ੁਰੂ ਕਰ ਦਿੱਤਾ ਅਤੇ CCTV ਲਵਾਈ ਜਦੋਂ ਮੈਂ ਆਇਆ ਸੀਗਾ ਜੀ ਮੈਨੂੰ ਸਾਹ ਬਹੁਤ ਚੜ੍ਹਦਾ ਸੀਗਾ ਲੇਕਿਨ ਉਹ ਗੱਲ ਨਹੀਂ ਹੈਗੀ ਜਿਹੜੀ ਪਹਿਲਾਂ ਹੁੰਦੀ ਸੀਗੀ ਕਿ ਜਿਹੜੇ ਹਾਰਟ ਦੇ ਮਰੀਜ਼ ਹੈ ਇੱਥੇ ਇੱਕ ਸਾਡੇ SDO ਵੀ ਰਿਟਾਇਰਡ ਸੀਗੇ ਉਹ ਆਇਆ ਕਰਦੇ ਸੀਗੇ ਉਹ ਵੀ ਹਾਰਟ ਦੇ ਉਹ ਕਹਿੰਦੇ ਮੈਂ SDO ਹਾਂ ਜੀ PSCB 'ਚੋਂ ਮੈਂ ਕਿਹਾ ਜੀ ਬੜੀ ਚੰਗੀ ਗੱਲ ਹੈ ਮੈਂ ਵੀ ਬਿਜਲੀ ਬੋਰਡ 'ਚੋਂ ਰਿਟਾਇਰਡ ਹਾਂ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਰਿਟਾਇਰ ਹੋਣ ਤੋਂ ਬਾਅਦ ਬਾਈਪਾਸ ਸਰਜਰੀ ਕਰਾਈ ਸੀ ਬਾਈਪਾਸ ਕਰਾਉਣ ਤੋਂ ਮਗਰੋਂ ਮੈਨੂੰ ਫਿਰ ਤਕਲੀਫ ਹੋ ਗਈ ਕਿ ਮੈਂ ਦੁਬਾਰਾ ਬਾਈਪਾਸ ਕਰਾਉਣਾ ਨਹੀਂ ਮੈਂ ਡਾਕਟਰ ਸਾਹਿਬ ਨੂੰ ਕੰਸਲਟ ਕੀਤਾ ਉਹਨਾਂ ਨੇ ਕਹਿੰਦੇ ਮੈਨੂੰ ਦੱਸਿਆ ਕਿ ਤੁਸੀਂ ਇਹ ACT ਲਵਾ ਕੇ ਦੇਖ ਲਓ ਜੇ ਇਸ ਠੀਕ ਹੋ ਜਾਂਦਾ ਕਹਿੰਦੇ ਮੈਂ ACT ਕਈ ਲਵਾ ਚੁੱਕਿਆ ਮੈਨੂੰ ਬਹੁਤ ਫਰਕ ਹੈ ਇਸ ਚੀਜ਼ ਤੋਂ